ਕੌੜੀਆਂ ਦੀ ਖੁਸ਼ ਖੁਰਾਕੀ ਦੀਆਂ ਧੁੰਮਾਂ ਤੇ ਸਾਰੇ ਜਗਤੇ ਨੇ, ਪਰ ਇਹਨਾਂ ਦੀ ਗੋਸ਼ਤ ਖੋਰੀ ਦਾ ਤੇ ਕੋਈ ਜਵਾਬ ਹੀ ਨਹੀਂ। ਮੁਰਗੀ ਹੋਵੇ, ਮੱਛਲੀ, ਬੱਕਰਾ, ਵੈੜੀ ਜਾਂ ਫੇਰੂਨ, ਬਸ ਗੋਸ਼ਤ ਹੋਣਾ ਚਾਹੀਦਾ ਹੈ। ਫੇਰ ਵੇਖੋ ਇਹਨਾਂ ਦੀਆਂ ਖੁਸ਼ ਖੁਰਾਕੀਆਂ। ਕਹਿਣ ਵਾਲੇ ਤੇ ਕਹਿੰਦੇ ਨੇ ਇਹਨਾਂ ਦੇ ਮੇਦੇ ਨਹੀਂ, ਗ੍ਰੈਂਡਰ ਨੇ। 2 ਕਿਲੋ ਸਾਡਾ ਟਕਾ ਟਕੇ ਤੇ 2 ਕਿਲੋ ਸਾਡੀ ਕੜਾਈ ਹੈ, 5 ਅਸੀਂ ਬੰਦੇ ਆ। ਗੋਸ਼ਤ ਤੋਂ ਬਗੈਰ ਤਾਂ ਰੋਟੀ ਖਾਧੀ ਨਹੀਂ ਨਾ ਜਾਂਦੀ ਭਾਈ ਜਾਨ। ਗੋਸ਼ਤ ਹੋਵੇ ਤਾਂ ਖਾਣਾ ਖਾਧਾ ਜਾਂਦਾ, ਵਰਨਾ ਖਾਣਾ ਖਾਧਾ ਨਹੀਂ ਜਾਂਦਾ। ਇਹਨਾਂ ਦੀ ਐਸੀ ਖੁਸ਼ ਖੁਰਾਕੀ ਦੇ ਪਾਰੋਂ ਇਹਨਾਂ ਗੋਸ਼ਤ ਖੋਰਾਂ ਦੀ ਵੱਡੀ ਤਾਦਾਦ ਈਦ ਦੇ ਦਿਹਾੜੇ ਹੀ ਹਸਪਤਾਲ ਵਿੱਚ ਆਪੜ ਜਾਂਦੀ ਹੈ ਤੇ ਅਗਲੇ ਕਈ ਦਿਨ ਡਾਕਟਰ ਇਹਨਾਂ ਨੂੰ ਨਰਮ ਗਜ਼ਾ ਤਜਵੀਜ਼ ਕਰਦੇ ਨੇ। ਜਿਹੜੇ ਦਿਲ ਦੇ ਮਰੀਜ਼ ਨੇ, ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ, ਜਿਨ੍ਹਾਂ ਨੂੰ ਕਾਲਾ ਯਰਕਾਨ ਹੈਗਾ, ਉਹ ਜ਼ਿਆਦਾ ਗੋਸ਼ਤ ਖਾਣ ਤੋਂ ਪਰਹੇਜ਼ ਕਰਨ ਅਤੇ ਆਮ ਨੋਰਮਲ ਆਦਮੀ ਵੀ ਜ਼ਿਆਦਾ ਗੋਸ਼ਤ ਖਾਣ ਤੋਂ ਪਰਹੇਜ਼ ਕਰੇ, ਕਿਉਂਕਿ ਇਹਦੇ ਨਾਲ ਫਿਰ ਮੇਦੇ ਦੀ ਬਿਮਾਰੀਆਂ ਵੀ ਜ਼ਿਆਦਾ ਹੋ ਸਕਦੀਆਂ ਨੇ। ਅਗਰ ਕਿਸੇ ਨੂੰ ਅਲਸਰ ਹੈਗਾ, ਉਹ ਜ਼ਿਆਦਾ ਐਗਰੇਵੇਟ ਹੋ ਸਕਦਾ ਹੈ, ਉਹਦੇ ਨਾਲ ਉਹਨੂੰ ਹਸਪਤਾਲ ਦਾਖਲ ਹੋਣਾ ਪੈ ਸਕਦਾ ਹੈ। ਪਰ ਹਰਾਮ ਹੈ ਕਿ ਇਹਨਾਂ ਦੇ ਮੇਦੇ ਨਰਮ ਗਜ਼ਾਵਾਂ ਨੂੰ ਕਬੂਲ ਕਰ ਲੈਣ। ਇਹਨਾਂ ਨੂੰ ਤਾਂ ਗੋਸ਼ਤ ਚਾਹੀਦਾ ਹੈ, ਗੋਸ਼ਤ। ਵੈਸੇ ਚੈੱਕ ਕਰਾਉਣਾ ਚਾਹੀਦਾ ਹੈ ਜਿੰਨੀ ਖੁਰਾਕ ਇਹ ਖਾਂਦੇ ਨੇ, ਕਿਧਰੇ ਇਹਨਾਂ ਨੇ ਐਕਸਟਰਾ ਮੇਦੇ ਤਾਂ ਨਹੀਂ ਲਵਾਏ ਹੋਏ। ਲੋਰੀਆਂ ਦੀ ਖੁਰਾਕ ਤਾਂ ਇਹੀ ਹੈ ਜੀ, ਚਿਕਨ ਟਿੱਕਾ, ਮਟਨ ਟਿੱਕਾ, ਚਾਮ, ਘੁੰਨਾ ਗੋਸ਼ਤ ਵਗੈਰਾ। ਉਹਨਾਂ ਦਾ ਬੜਾ ਸ਼ੌਂਕ ਹੈ, ਖਾਨਦਾਨੀ ਹੈ, ਲਾਹੌਰੀ ਨੇ, ਇਹਨਾਂ ਨੇ ਖਾਂਦਾ ਹੀ ਰਹਿਣਾ। ਗੋਸ਼ਤ ਹੋ ਜਾਏ, ਮਟਨ ਹੋ ਜਾਏ, ਸਵੀਟ ਡਿਸ਼ ਹੋ ਜਾਏ, ਕੁਛ ਵੀ ਹੋ ਜਾਏ, ਉਹਨਾਂ ਕੋਲ ਖਾਣਾ ਚਾਹੀਏ। ਗੋਸ਼ਤ ਲਾਹੌਰੀਆਂ ਦੀ ਮਨਪਸੰਦ ਖੁਰਾਕ ਹੈ, ਪਰ ਤਬੀਬ ਕਹਿੰਦੇ ਨੇ ਕਿ ਇਸ ਬੇਤੁਕੀ ਗੋਸ਼ਤ ਖੋਰੀ ਦੇ ਪਾਰੋਂ ਲਾਹੌਰੀਏ ਕਈ ਮੁਜ਼ੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਖੁਸ਼ ਖੁਰਾਕੀ ਚੰਗੀ ਚੀਜ਼ ਹੈ, ਲੇਕਿਨ ਖੁਰਾਕ ਉੱਤੇ ਖੁਦਕੁਸ਼ ਹਮਲਿਆਂ ਦਾ ਸਿਰਫ ਨੁਕਸਾਨ ਹੀ ਹੁੰਦਾ ਹੈ, ਇਸ ਲਈ ਖੁਰਾਕ ਵਿੱਚ ਇਤਦਾਲ ਹੀ ਚੰਗਾ ਹੈ। ਕੈਮਰਾਮੈਨ ਅਲੀ ਮੁਸ਼ਤਬਾ ਦੇ ਨਾਲ ਰਾਏ ਹਸਨੈਨ, ਸਮਾਂ, ਲਾਹੌਰ। ਆਓ ਬਈ, ਅਸੀਂ ਵੀ ਰੋਟੀ ਛੋਟੀ ਖਾ ਲਈ, ਅਸੀਂ ਵੀ ਤਾਂ ਲਾਹੌਰੀਏ ਹਾਂ।